ਹੈਲੋ एवरीवन U2I ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ PCS ਪ੍ਰੀਲੈਂਸ ਕ੍ਰੈਸ਼ ਕੋਰਸ ਦੇ ਬਾਰੇ PCS ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਤੁਹਾਨੂੰ ਸਭ ਲੋਕਾਂ ਨੂੰ ਪਤਾ ਜਿਹਨੂੰ ਨਹੀਂ ਪਤਾ ਉਹ ਜਾ ਕੇ ਚੈੱਕ ਕਰ ਸਕਦਾ ਹੈ ਕਿ PCS ਦੀ ਨੋਟੀਫਿਕੇਸ਼ਨ ਆ ਚੁੱਕੀ ਹੈ 70 ਵੈਕੈਂਸੀਜ਼ ਆਰ देयर ਐਂਡ ਐਂਡ ਪ੍ਰੀਲੈਂਸ ਇਜ਼ ਟੈਂਟੇਟਿਵਲੀ ਸ਼ਡਿਊਲ ਟੂ ਬੀ ਹੈਲਡ ਇਨ ਦਾ ਮੰਥ ਆਫ ਸੈਪਟੈਂਬਰ ਪਿਛਲੀ ਵੀਡੀਓਜ਼ ਦੇ ਵਿੱਚ ਅਸੀਂ ਗੱਲ ਕੀਤੀ ਓਪਨ ਵੈਬਿਨਾਰ ਲਿਆ ਕਰਮਜੀਤ ਸਿੰਘ ਸੰਧੂ ਸਰ ਨੇ ਜੋ ਕਿ ਸਾਡੇ ਡਾਇਰੈਕਟਰ ਨੇ ਐਂਡ ਇਸ ਵੈਬਿਨਾਰ ਵਿੱਚ ਐਂਡ ਇਸ ਵੈਬਿਨਾਰ ਵਿੱਚ ਉਹਨਾਂ ਨੇ ਸਾਰੀਆਂ ਬੇਸਿਕ ਗੱਲਾਂ ਸਮਝਾਈਆਂ ਨੇ ਕਿ ਕਿਸ ਤਰੀਕੇ ਨਾਲ ਤਿਆਰੀ ਕਰਨੀ ਚਾਹੀਦੀ ਹੈ ਸ਼ੁਰੂ ਕਿਵੇਂ ਕਰਨਾ ਪ੍ਰੀਲਿਮਸ ਦਾ ਸਿਲੇਬਸ ਕਿਵੇਂ ਕੰਪਲੀਟ ਕਰਨਾ ਕਿਹੜੀਆਂ ਬੁੱਕਸ ਪੜ੍ਹਨੀਆਂ ਚਾਹੀਦੀਆਂ ਐਂਡ ਆਲ ਥੀਸ ਕਾਈਂਡ ਆਫ ਥਿੰਗਸ ਉਹ ਵੈਬਿਨਾਰ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਜਾ ਕੇ ਸਕਰੋਲ ਕਰ ਸਕਦੇ ਹੋ ਉੱਥੇ ਉਹ ਵੈਬਿਨਾਰ ਵੀ ਪਿਆ ਆਲਰੇਡੀ ਮੈਂ ਈਵਨ ਖੁਦ ਮੈਂ ਇੱਕ ਵੀਡੀਓ ਬਣਾਈ ਹੈ ਉਸ ਤੋਂ ਪਹਿਲਾਂ ਕਿ ਕੀ ਕੀ ਬੁੱਕਸ ਐਂਡ ਸਟ੍ਰੈਟੇਜੀ ਸਾਨੂੰ ਫੋਲੋ ਕਰਨੀ ਚਾਹੀਦੀ ਹੈ ਬੇਸਿਕ ਡਿਟੇਲਸ ਵੀ ਹੈ ਡਿਟੇਲਸ ਸਿਲੇਬਸ ਵੀ ਹੈ ਤਾਂ ਸਭ ਕੁਝ ਤੁਹਾਨੂੰ ਉੱਥੇ ਮਿਲ ਜਾਏਗਾ ਅੱਜ ਦੀ ਵੀਡੀਓ ਦਾ ਜਿਹੜਾ ਮੇਨ ਫੋਕਸ ਹੈ ਉਹ ਹੈ ਸਿਰਫ ਆਨਲਾਈਨ ਕ੍ਰੈਸ਼ ਕੋਰਸ ਦੇ ਬਾਰੇ ਐਂਡ ਕਿਸ ਐਜ਼ ਐਜ਼ ਐਨ ਐਸਪਾਇਰੈਂਟ ਤੁਹਾਨੂੰ ਕੀ ਕੀ ਚੀਜ਼ਾਂ ਕਨਸਿਡਰ ਕਰਨੀਆਂ ਚਾਹੀਦੀਆਂ ਆਨਲਾਈਨ ਕੋਰਸ ਨੂੰ ਜੁਆਇਨ ਕਰਨ ਤੋਂ ਪਹਿਲਾਂ ਚਾਹੇ ਉਹ ਕੋਈ ਵੀ ਕੋਰਸ ਹੋਵੇ ਨਾਟ ਓਨਲੀ ਪੀਸੀਐਸ ਨਾਟ ਫੋਰ ਓਨਲੀ ਓਟੂਆਈਸ ਅਕੈਡਮੀ ਕਿਸੇ ਵੀ ਅਕੈਡਮੀ ਦਾ ਕੋਈ ਵੀ ਕੋਰਸ ਜੁਆਇਨ ਕਰਦੇ ਹੋ ਤਾਂ ਕੀ ਬੇਸਿਕ ਪੁਆਇੰਟਸ ਨੇ ਜਿਹੜੇ ਤੁਹਾਨੂੰ ਡਿਸਕਸ ਕਰਨੇ ਚਾਹੀਦੇ ਆ ਐਂਡ ਲਾਸਟ ਕੀ ਸਾਡਾ ਜਿਹੜਾ ਕੋਰਸ ਹੈ ਉਹਦੇ ਕੀ ਕੀ ਫਾਇਦੇ ਤੁਹਾਡੇ ਲਈ ਹੋਣਗੇ ਐਂਡ ਉਸ ਨੂੰ ਕਿਵੇਂ ਜੁਆਇਨ ਕਰਨਾ ਸੋ ਸਟੇ ਟਿਊਨਡ ਵਿਦ ਸਭ ਤੋਂ ਪਹਿਲਾਂ ਆਪਾਂ ਕ੍ਰੈਸ਼ ਕੋਰਸ ਦੀ ਗੱਲ ਕਰ ਲੈਨੇ ਆਂ ਅਸੀਂ ਜਿਹੜਾ ਕ੍ਰੈਸ਼ ਕੋਰਸ ਲਾਂਚ ਕੀਤਾ ਉਹ 110 ਡੇਸ ਚੱਲੇਗਾ ਅਪ੍ਰੋਕਸ ਐਸ ਅਗਰ ਅਗਰ ਪੀਸੀਐਸ ਦਾ ਪ੍ਰੀਲਿਮਸ 30 ਸੈਪਟੈਂਬਰ ਤੱਕ ਹੋ ਜਾਂਦਾ ਜੋ ਕਿ ਅਪ੍ਰੋਕਸ ਉਮੀਦ ਹੈ ਤਾ ਉਹ 110 ਡੇਸ ਤੱਕ ਆਪਾਂ ਸਿਲੇਬਸ ਪੂਰਾ ਕਰਾਂਗੇ ਅਗਰ ਅਗਰ ਉਹ ਪ੍ਰੀਲਿਮਸ ਇੱਕ ਮਹੀਨਾ ਸਟ੍ਰੈਚ ਵੀ ਹੋ ਗਿਆ ਤਾਂ ਕੋਰਸ ਵੀ ਇੱਕ ਮਹੀਨਾ ਐਕਸਟੈਂਡ ਹੋ ਜਾਏਗਾ इस प्रिलिम्स रिलेटिड सारा सिलेबस असी क्रैश कोर्स ने मीडियम पूरा करा एंड यह जड़ा टाइम है वह दस जून न फस्ट डेमो क्लास है चार बजे तो लैके सात बजे तक इस कोर्स की जीडी फी है दैट इज़ नाइनटीन थाउजेंड फाइव हंड्रड वैसे एक्चुअल फीस फोर्टी थाउजेंड है बट राइट नाउ ये कोर्स पहले दस दिन जो नाइनटीन थाउजेंड फाइव हंड्रड् जा रहा है ऑनलाइन एक्सैस इस कोर्स के जे बेसिक फीचर ने देख लो लाइव क्लास होएगी एक डेडिकेटेड टाइम है डेमो क्लास का टाइम चार तो सत्त है अगर लट से ज़्यादा स्टूडेंट्स आ जाते हैं जहाँ डिफरेंट टाइमिंगस चाह टाइमिंग्स शिफ्ट भी हो सदी थोड़िया बहुत अकॉर्डिंग टू द कम्फर्ट ऑफ द स्टूडेंट्स फिर भी अगर किसी की लाइव क्लास मिस हो जाती है दैन दे कैन गो फॉर द रिक्डेड सैशनस उन्होंने रिकॉर्ड सैशन दिता जाएगा साइड पोर्टल से साइड मोबाइल ऐप से एंड लाइव टाइम उन्होंने को ਟੈਸਟ ਸੀਰੀਜ਼ ਹੋਏਗੀ ਪ੍ਰੀ ਲਈ ਸੀ ਸੈੱਟ ਔਰ ਜੀਐਸ ਦੋਨਾਂ ਦੇ ਟੈਸਟ ਹੋਣਗੇ ਅਪ੍ਰੋਕਸ 32 ਟੈਸਟਸ ਆਰ देयर ਦੋਨਾਂ ਟੈਸਟ ਸੀਰੀਜ਼ ਦਾ ਐਕਸੈਸ ਤੁਹਾਨੂੰ ਦਿੱਤਾ ਜਾਏਗਾ ਡਿਜੀਟਲ ਨੋਟਸ ਹੋਣਗੇ ਟੀਚਰ ਜੋ ਪੜਾ ਰਿਹਾ ਉਹ ਉਹਦੇ ਡਿਜੀਟਲ ਨੋਟਸ ਤੁਹਾਨੂੰ ਟਾਈਮਲੀ ਡਿਲੀਵਰ ਕਰ ਦਿੱਤੇ ਜਾਣਗੇ ਸੇਮ ਡੇਟ ਜਿਸ ਦਿਨ ਲੈਕਚਰ ਹੈ ਉਸ ਦਿਨ ਨੋਟਸ ਮਿਲ ਜਾਣਗੇ ਐਂਡ ਪ੍ਰਿੰਟਡ ਨੋਟਸ ਜਿਹੜੇ ਆ ਉਹ ਕੂਰੀਅਰ ਦੇ ਮੀਡੀਅਮ ਤੋਂ ਤੁਹਾਨੂੰ ਦਿੱਤੇ ਜਾਣਗੇ ਜਿਹੜੀਆਂ ਪ੍ਰਿੰਟਡ ਬੁੱਕਸ ਹੋਣੀਆਂ ਆ ਔਰ ਇੱਕ ਡੈਡੀਕੇਟਿਡ ਮੈਂਟਰ ਦੀ ਸਪੋਰਟ ਮਿਲੇਗੀ ਜੋ ਕਿ ਤੁਹਾਡੇ ਡਾਊਟਸ ਐਂਡ ਕਨਸਰਨਸ ਕਲੀਅਰ ਕਰੇ अब मैंटर की जरूरत क्यों है से ऑनलाइन क्लास है टू वे कम्यूनीकेशन पॉसीबल है लाइव क्लास है तो इसी टीचर डायरैक्टली भी क्वेश्चन पुछ सद थोड़ा क्वेश्चन अड्रस नहीं क्वेश्चन थोड़ा क्लास तो थो बाद आया इंडिविजुअली कोई अपनी परसनल प्रॉब्लम रिगार्डिंग स्टडी डिसकस करना चाहते हो तो वे एक मैंटर थोड़े अवेलेबल होएगा ट्वेंटी फोर इन सैवन अवेलेबल होएगा यू कॉन डायरैक्टली टैक्सट हिम कॉल हिम और वट एवर पॉसीबल वेद कर स अकॉर्डिंग टू योअर प्रैपरेशन स्टडी पलैन बिफोर वी गो टू द नैक्स पॉइंटर जस्ट हैव अ लुक एट द फैकल्टी एंड अ स्टीडी पलैन टोटल किस तरीके असि लोग सिलेबस पूरा करा दो सपरेट भीडियो बन चुके था तो उपर आई बटन पर जाकर क्लिक करके देख सकते हो कि फैकल्टी है उन्होंने की, की फरदर क्वालिफिका केबजैक्ट उन्होंने पढ़ा है आप करते हैं कर दे। बेसिक नैक्सट पॉइंट इस नैक्सट पॉइंट इस कि कोई भी ऑनलाइन कोर्स ज्वाइन करने तो पहला थोड़ा की डिस्कस करने चाहिए सो ਸਭ ਤੋਂ ਪਹਿਲਾਂ ਜਿਹੜੀ ਵੀ ਕੋਰਸ ਜਿਹੜੀ ਵੀ ਕਾਲਜ ਅਕੈਡਮੀ ਦਾ ਤੁਸੀਂ ਕੋਰਸ ਲੈਣਾ ਚਾ ਰਹੇ ਹੋ ਜਿਹੜੀ ਵੀ ਆਨਲਾਈਨ এডਿਕੇਸ਼ਨ ਸਰਵਿਸ ਆ ਉਹਨਾਂ ਦੀ ਫਿਜ਼ੀਕਲ ਪ੍ਰੈਜ਼ੈਂਸ ਐਂਡ ਉਸ ਐਗਜ਼ਾਮ ਇਹ ਉਸ ਕੋਰਸ ਦੇ ਰਿਲੇਟਡ ਹੁੰਦਾ ਪਿਛਲਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ ਦੇਖੋ ਇਨ ਦਿਸ ਡਿਜੀਟਲ ਵਰਲਡ ਡਿਜੀਟਲ ਆਇਡੈਂਟੀਟੀ ਕ੍ਰੀਏਟ ਕਰਨਾ ਬਹੁਤ ਈਜ਼ੀ ਕੰਮ ਹੈ ਕੋਈ ਕੋਈ ਵੀ ਪਰਸਨ ਆ ਕੇ ਆਪਣਾ ਕੋਈ YouTube ਚੈਨਲ Instagram ਪੇਜ ਜਾਂ ਵੈੱਬਸਾਈਟ ਬਣਾ ਕੇ ਜਾਂ ਮੋਬਾਈਲ ਐਪਲੀਕੇਸ਼ਨ ਤੇ ਤੁਸੀਂ ਲੋਕਾਂ ਨੂੰ ਅਟਰੈਕਟ ਕਰ ਸਕਦਾ की तु सा कोल आ पढ़ो द बेसिक प्रॉब्लम इन दीज कोर्सिज आर हो सकता बिल्कुल ऑथेंटिक होन और बहुत वीयू कंटेंट दे रहे हैं जो रियल कंटेंट प्रोवाइडर ने मैं उन्हों की गल नहीं कर रहा ਬਹੁਤ سارے ਅਜਿਹੇ ਕੇਸਿਸ ਦੇਖੇ ਗਏ ਜਿਹੜੇ ਲੋਕ ਜਿਨ੍ਹਾਂ ਦੀ ਕੋਈ ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਕੋਈ ਆਫਿਸ ਨਹੀਂ ਹੈ ਜਿੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੋਈ ਆਲਰੇਡੀ ਉਹ ਪੜਾ ਨਹੀਂ ਰਹੇ ਤਾਂ ਬਹੁਤ ਬਾਰ ਚਾਂਸਸ ਰਹਿੰਦੇ ਨੇ ਕਿ ਉਹਨਾਂ ਦਾ ਕੋਰਸ ਜਿਹੜਾ ਉਹ ਇਨਕੰਪਲੀਟ ਰਹਿ ਜਾਂਦਾ ਹੈ ਜਾਂ ਨੰਬਰ ਆਫ ਸਟੂਡੈਂਟ ਠੀਕ ਨਾ ਹੋਣ ਕਾਰਨ ਉਹ ਆਪਣਾ ਕੋਰਸ ਵਿੱਚ ਛੱਡ ਦਿੰਦੇ ਨੇ ਤੇ ਉਹਨਾਂ ਦੀ ਜਿਹੜੀ ਓਵਰਆਲ ਕੁਆਲਿਟੀ ਹੈ ਉਹ ਠੀਕ ਨਹੀਂ ਹੋਏਗੀ ਸੋ ਪਹਿਲਾ ਪੁਆਇੰਟ ਜਿਹੜਾ ਤੁਸੀਂ ਕਨਸਿਡਰ ਕਰਨਾ ਕੋਈ ਵੀ ਅਕੈਡਮੀ ਜਿੱਦਾਂ ਤੁਸੀਂ ਕੋਰਸ ਜੁਆਇਨ ਕਰ ਰਹੇ ਹੋ ਉਹਦੀ ਫਿਜ਼ੀਕਲ ਪ੍ਰੈਜ਼ੈਂਸ ਤੇ ਪਾਸਟ ਐਕਸਪੀਰੀਅ ਇਸ एग्जाम ਦੇ ਵਿੱਚ ਦੂਸਰੀ ਗੱਲ ਹੈ ਇਹ एग्जाम ਤੁਸੀਂ ਆਨਲਾਈਨ ਕੋਚਿੰਗ ਨਾਲ ਹੀ ਕੰਪਲੀਟ ਕਰ ਸਕਦੇ ਹੋ बिकॉज ਹੁਣ ਸੋਸ਼ਲ ਡਿਸਟੈਂਸਿੰਗ ਦੀਆਂ ਗਾਈਡਲਾਈਨਸ ਅਫਲਾਈਨ ਕਲਾਸਿਸ ਚੱਲ ਨਹੀਂ ਰਹੀਆਂ ਤਾਂ ਡਿਜੀਟਲ ਇਨਫਰਾਸਟ੍ਰਕਚਰ ਹੋਣਾ ਬਹੁਤ ਜ਼ਰੂਰੀ ਹੈ ਐਸੀਆਂ ਅਕੈਡਮੀ ਜਿਨ੍ਹਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਹੈ ਜਿਨ੍ਹਾਂ ਕੋਲ ਫੈਕਲਟੀਜ਼ ਬਹੁਤ ਵਧੀਆ ਹੈ ਅਗਰ ਉਹਨਾਂ ਦਾ ਡਿਜੀਟਲ ਇਨਫਰਾ ਠੀਕ ਨਹੀਂ ਹੈ ਤਾਂ ਉਹ ਤੁਹਾਡਾ ਆਨਲਾਈਨ ਕੋਰਸ ਦਾ ਜਿਹੜਾ ਐਕਸਪੀਰੀਅੰਸ ਉਹ ਵਧੀਆ ਨਹੀਂ ਰਹੇਗਾ ਦੈਨ ਥਰਡ ਮੋਸਟ ਇੰਪੋਰਟੈਂਟ ਥਿੰਗ ਇਜ਼ ਟੀਚਿੰਗ ਕੁਆਲਿਟੀ above دو چیزਾਂ اگر ਹੈ ਤਾਂ then you'll go for the teaching quality ਕਿ ਜਿਹੜੇ ਟੀਚਰਸ ਉੱਥੇ ਪੜਾ ਰਹੇ ਨੇ ਉਹਨਾਂ ਦੀ ਟੀਚਿੰਗ ਕੁਆਲਿਟੀ ਕਿਵੇਂ ਹੈ ਇਹ ਤਿੰਨੋਂ چیزਾਂ ਤੁਸੀਂ ਐਕਸੈਸ ਕਰ ਸਕਦੇ ਹੋ ਅਗਰ ਫਿਜ਼ੀਕਲ ਪ੍ਰੈਜ਼ੈਂਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਫਿਜ਼ੀਕਲ ਪ੍ਰੈਜ਼ੈਂਸ ਤੁਸੀਂ ਜਸਟ ਡਿਫਰੈਂਟ ਮੈਕੈਨਿਜ਼ਮ ਨਾਲ ਚੈੱਕ ਕਰ ਸਕਦੇ ਹੋ ਯੂ ਕੈਨ ਵਿਜ਼ਿਟ देयर ਵੈਬਸਾਈਟ ਯੂ ਕੈਨ ਚੈੱਕ देयर ਰਿਵਿਊਜ਼ ਔਨ ਦਾ ਗੂਗਲ ਐਸ ਵੈਲ ਐਸ ਜਿਹੜੇ ਵੀ ਪਲੈਟਫਾਰਮਸ ਤੇ ਉਹਨਾਂ ਦੇ ਰਿਵਿਊਜ਼ ਪਏ ਨੇ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ ਤੇ ਐਡਰੈਸ ਦੇਖ ਸਕਦੇ ਹੋ ਗੂਗਲ ਮੈਪ ਤੇ ਉਹਨੂੰ ਵੈਰੀਫਾਈ ਕਰ ਯਾ ਤੁਸੀਂ ਜਾ ਕੇ ਇੱਕ ਵਾਰ ਵਿਜ਼ਿਟ ਵੀ ਕਰ ਸਕਦੇ ਹੋ ਕਿ ਇਹ ਇਹ ਲੋਕ ਵਾਕਈ ਉੱਥੇ ਹੈ ਜਾਂ ਨਹੀਂ ਹੈ ਸੈਕੰਡ ਚੀਜ਼ ਹੈ ਡਿਜੀਟਲ ਇਨਫਰਾਸਟ੍ਰਕਚਰ ਤੇ ਟੀਚਿੰਗ ਕੁਆਲਿਟੀ ਇਹ ਦੋਨੋਂ ਚੀਜ਼ਾਂ ਤੁਸੀਂ ਉਹਨਾਂ ਦਾ ਕੋਈ ਵੀ ਇੱਕ ਡੈਮੋ ਕਲਾਸ ਅਟੈਂਡ ਕਰਕੇ ਫੀਲ ਕਰ ਸਕਦੇ ਹੋ ਕਿ ਕਿਵੇਂ ਦੀ ਟੀਚਿੰਗ ਕੁਆਲਿਟੀ ਨਾਲ ਪੜਾ ਰਹੇ ਨੇ ਐਂਡ ਕਿਸ ਤਰੀਕੇ ਦਾ ਡਿਜੀਟਲ ਇਨਫਰਾ ਉਹ ਯੂਜ਼ ਕਰ ਰਹੇ ਨੇ ਅੱਗੇ ਮੈਂ ਪੁਆਇੰਟ ਤੇ ਆਵਾਂਗਾ ਤਾਂ ਤੁਹਾਨੂੰ ਹੋਰ ਕਲੈਰਿਟੀ ਆਏਗੀ ਕਿ ਕਿਵੇਂ ਦਾ ਡਿਜੀਟਲ ਇਨਫਰਾ ਐਕਚੁਅਲੀ ਹੋਣਾ ਚਾਹੀਦਾ ਆਨਲਾਈਨ ਕਲਾਸਸ ਲਈ ਐਟ ਲਾਸਟ ਐ ਡਾਊਟ ਸੋਲਵਿੰਗ ਮੈਕਨਿਜ਼ਮ 올인 클래सेस ਦਾ ਬਹੁਤ ਵੱਡਾ ਪਿਟਫਾਲ ਹੈ ਕਿ ਸਟੂਡੈਂਟਸ ਦੇ ਡਾਊਟ ਜਿਹੜੇ ਨੇ ਉਹ ਅਨਡਰੈਸਡ ਰਹਿ ਜਾਂਦੇ ਨੇ ਔਰ ਇਹ ਇਹ ਉਹਨਾਂ ਦੀ ਤਿਆਰੀ ਲਈ ਇੱਕ ਟਰਮੀਨੇਟਿੰਗ ਪੁਆਇੰਟ ਬਣ ਜਾਂਦਾ ਹੈ ਇਹ ਕਿਸ ਤਰੀਕੇ ਦਾ ਮੈਕੈਨਿਜ਼ਮ ਉਹ ਪਾਰਟਿਕੂਲਰ ਕੋਰਸ ਪ੍ਰੋਵਾਈਡਰ ਯੂਜ਼ ਕਰ ਰਿਹਾ ਹੈ ਯੂ ਹੈਵ ਟੂ ਗੋ ਥਰੂ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮੇਰਾ WhatsApp ਨੰਬਰ ਹੈ ਤੁਸੀਂ ਆ ਜਾਓ ਇੱਥੇ ਇੱਥੇ ਜੋ ਗੱਲ ਕਰਨੀ ਹੈ ਮਰਨਾ ਕਰ ਲਿਓ ਜਾਂ ਮੈਨੂੰ ਕਾਲ ਕਰ ਲਿਓ ਇੱਕ ਪ੍ਰੋਪਰ ਡਾਊਟ ਸੋਲਵਿੰਗ ਮੈਕੈਨਿਜ਼ਮ ਹੋਣਾ ਚਾਹੀਦਾ ਲੈਟਸ ਸੇ ਮੇਰੇ ਕੋਲੇ 500 ਸਟੂਡੈਂਟ ਪੜ ਰਹੇ ਹਨ ਤਾਂ ਮੈਂ 500 ਬੱਚੇ ਦਾ WhatsApp ਇਹ ਕਾਲ ਰਿਪਲਾਈ ਨਹੀਂ ਕਰ ਸਕਦਾ ਉਹ ਉਹਦੇ ਤੇ ਡਾਊਟ ਸੋਲਵਿੰਗ ਲਈ ਰਿਲਾਇ ਨਹੀਂ ਕਰ ਸਕਦੇ ਤਾਂ ਬਾਕੀ ਆਲਟਰਨੇਟਿਵ ਮੈਥਡਸ ਕੀ ਨੇ ਸਟੂਡੈਂਟਸ ਤੇ ਗ੍ਰੀਵੈਂਸਿਸ ਐਂਡ ਡਾਊਟਸ ਰੈਡਰ ਅਗਰ ਇਹ ਚਾਰੋਂ ਪੈਰਾਮੀਟਰ ਤੁਹਾਨੂੰ ਸੂਟ ਕਰਦੇ ਨੇ ਦੈਨ ਯੂ ਕੈਨ ਗੋ ਫੋਰ ਐਨੀ ਕੋਚਿੰਗ ਜੋ ਤੁਹਾਨੂੰ ਸੂਟੇਬਲ ਲੱਗਦਾ ਆਪਾਂ ਗੱਲ ਕਰਦੇ ਆਂ ਸਾਡੀ ਕੋਚਿੰਗ ਦੀ ਕਿ ਸਾਡਾ ਜਿਹੜਾ ਕ੍ਰੈਸ਼ ਕੋਰਸ ਹੈ ਹਾਊ ਇਜ਼ ਇਟ ਡਿਫਰੈਂਟ ਫਰਮ ਅਦਰਸ देयर आर ਮੈਨੀ ਪੀਪਲ ਇਨ ਦਾ ਮਾਰਕੀਟ ਜੋ ਡਿਫਰੈਂਟ ਕਲੇਮ ਕਰਦੇ ਨੇ ਔਰ ਬਹੁਤ ਸਾਰੇ ਲੋਕ ਨੇ ਜੋ ਅੱਛਾ ਪੜ੍ਹਾ ਵੀ ਰਹੇ ਨੇ ਬਟ ਕੁਝ ਚੀਜ਼ਾਂ ਹੈ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਸਭ ਤੋਂ ਪਹਿਲਾਂ ਫਸਟ ਥਿੰਗ ਹੈ ਕਿ ਜਿਹੜਾ ਆਪਣਾ ਕੋਰਸ ਹੈ ਪ੍ਰੀਪ੍ਰੀਲਿਮ ਕ੍ਰੈਸ਼ ਕੋਰਸ OTU ਆਈ ਸਕੈਡਮੀ ਦਾ ਪ੍ਰੀਲਿਮਸ ਕ੍ਰੈਸ਼ ਕੋਰਸ ਹੈ ਤੋ ਵੀ ਡੋਨਟ ਯੂਜ਼ ਵਾਈਟ ਬੋਰਡ ਮਾਰਕਰ ਐਂਡ 올 ਥੀਸ ਕਾਈਂਡ ਆਫ ਥਿੰਗਸ ਸਾਡਾ ਜਿਹੜਾ ਟੋਟਲ ਕੋਰਸ ਹੋਏਗਾ ਉਹ ਪ੍ਰੈਜੈਂਟੇਸ਼ਨਸ ਐਂਡ ਇਨਫੋਗ੍ਰਾਫਿਕਸ ਦੇ ਥਰੂ ਹੋਏਗਾ ਜਸਟ ਲਾਈਕ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਕੋਈ ਵੀ ਪੈਨ ਯੂਜ਼ ਨਹੀਂ ਕਰ ਰਿਹਾ ਫਿਲਹਾਲ ਐਂਡ ਮੈਂ ਕਰਾਂਗਾ ਵੀ ਤਾਂ ਮੈਂ ਸਿਰਫ ਕਿਸੇ ਇਨਫੋਗ੍ਰਾਫਿਕਸ ਨੂੰ ਐਕਸਪਲੇਨ ਕਰਨ ਲਈ ਪੈਨ ਦਾ ਯੂਜ਼ ਕਰ ਰਿਹਾ ਹਾਂ ਆਨਲਾਈਨ ਅਗਰ ਆਪਾਂ ਆਫਲਾਈਨ ਕਲਾਸ ਦੇ ਵਿੱਚ ਬੈਠੇ ਹਾਂ ਤਾਂ ਡੈਫੀਨਿਟਲੀ ਵਾਈਟਬੋਰਡ ਮਾਰਕਰ ਜਿਹੜਾ ਉਹ ਬੈਸਟ ਵੇ ਹੈ ਕਿਸੇ ਵੀ ਬੰਦੇ ਨੂੰ ਵਧੀਆ ਗੱਲ ਐਕਸਪਲੇਨ ਕਰਨ ਦਾ ਬਟ ਇਨ ਥਿਸ ਸਿਨੈਰੀਓ ਆਨਲਾਈਨ ਵਾਲਾ ਸਿਨੈਰੀਓ ਵਾਈਟਬੋਰਡ ਮਾਰਕਰ ਬਿਲਕੁਲ ਇੰਗੇਜਿੰਗ ਨਹੀਂ ਹੈ ਇਨ ਥੋੜਾ ਕਲਾਸ ਦੇ ਵਿੱਚ ਕਨਸੈਂਟ੍ਰੇਸ਼ਨ ਨਹੀਂ ਬਣ ਸਕਦਾ ਨਾਰਮਲੀ ਅਗਰ ਅਕੈਡਮੀਆਂ ਆਰ ਗੋਇੰਗ ਥਰੂ ਦਾ ਕਨਵੈਨਸ਼ਨਲ ਵਾਈਟਬੋਰਡ ਸਿਸਟਮਸ ਇਨ ਵਿੱਚ ਟੀਚਰ ਜਿਹੜਾ ਉਹ ਬੋਰਡ ਨੂੰ ਰਿਕਾਰਡ ਕਰਦਾ ਹੈ ਜਾਂ ਸਮ ਕਾਈਂਡ ਆਫ ਸਕਰੀਨ ਨੂੰ ਰਿਕਾਰਡ ਕਰਦਾ ਹੈ ਐਂਡ ਉਹਨੂੰ ਲਾਈਵ ਸਟ੍ਰੀਮ ਕੀਤਾ ਜਾਂਦਾ ਸਟੂਡੈਂਟਸ ਦੇ ਨਾਲ ਇਹ ਜਿਹੜਾ ਬਹੁਤ ਵੱਡੀ ਡਿਸਟਰੈਕਸ਼ਨ ਕ੍ਰੀਏਟ ਕਰ ਦਿੰਦਾ मोस्ट ਆਫ ਦਾ ਟਾਈਮ ਜੋ ਕੈਮਰਾ ਹੈ ਉਹ ਸਕਰੀਨ ਨੂੰ ਜਾਂ ਬੋਰਡ ਨੂੰ ਪ੍ਰੋਪਰਲੀ ਕੈਪਚਰ ਨਹੀਂ ਕਰ ਸਕਦਾ ਜਾਂ ਟੀਚਰ ਜਿਹੜਾ ਉਹ ਬੜਾ ਡਿਸਟਰੈਕਟ ਹੋ ਜਾਂਦਾ ਸਟੂਡੈਂਟਸ ਤੇ ਡਾਊਟ ਲੈਂਦਾ ਹੋਇਆ ਉਹ ਕਦੇ ਲੈਪਟਾਪ ਵੱਲ ਦੇਖ ਰਿਹਾ ਹੈ ਕੈਮਰੇ ਵੱਲ ਦੇਖ ਰਿਹਾ ਹੈ ਬੋਰਡ ਵੱਲ ਦੇਖ ਰਿਹਾ ਹੈ ਐਂਡ ਓਵਰਲ ਕਲਾਸ ਦੇ ਵਿੱਚ ਇੰਗੇਜਮੈਂਟ ਠੀਕ ਨਹੀਂ ਹੁੰਦੀ ਸੋ ਇਹ ਇਹ ਪਿਟਫਾਲ ਨੂੰ ਧਿਆਨ ਰੱਖਦੇ ਹੋਏ ਸੀ ਆਪਣਾ ਕੋ ਦਾ ਟੀਚਰਸ ਦ ਟੀਚਿੰਗ ਫੈਕਲਟੀ ਦੇਖੋ ਲਾਕਡਾਊਨ ਤੋਂ ਪਹਿਲਾਂ ਜੋ ਲੋਕ ਆਫਲਾਈਨ ਪੜਾ ਰਹੇ ਸੀ ਉਹਨਾਂ ਨੂੰ ਮਜਬੂਰੀ ਵਿੱਚ ਆਨਲਾਈਨ ਆਉਣਾ ਪੈ ਗਿਆ ਬਟ ਦੇਅਰ ਦਾ ਟੀਮ ਆਫ ਫੈਕਲਟੀਜ਼ ਇਜ਼ ਨੋਟ ਟ੍ਰੇਨਡ ਟੂ ਬੀ ਬੀ ਟੀਚਰਸ ਔਨ ਦਾ ਆਨਲਾਈਨ ਪਲੈਟਫਾਰਮਸ ਤਾਂ ਆਨਲਾਈਨ ਪਲੈਟਫਾਰਮ ਤੇ ਪੜਾਣਾ ਇੱਕ ਅਲੱਗ ਦੀ ਟ੍ਰੇਨਿੰਗ ਡਿਮਾਂਡ ਕਰਦਾ ਹੈ ਪ੍ਰੋਪਰ ਟੀਚਰਸ ਦਾ ਇੱਕ 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 ਇਕਵਿਪਮੈਂਟਸ ਦੇ ਨਾਲ ਅਵੇਅਰਨੈਸ ਹੋਣੀ ਜ਼ਰੂਰੀ ਹੈ ਅਗਰ ਟੀਚਰ ਪ੍ਰੋਪਰਲੀ ਟ੍ਰੇਨਡ ਨਹੀਂ ਹੈ ਤਾਂ ਡੈਫੀਨਿਟਲੀ ਪੜਨ ਵਾਲੇ ਸਟੂਡੈਂਟਸ ਨੂੰ डिस्पाइट वो नॉलेज बहुत वीडियो हो सकती है परिवरी जी ठीक नहीं हो सकती तो जी टीम है टीचर्स की और ऑलरेडी वैल ट्रेनड है एक्चुअली असी दो साल तो इस फील्ड के अंत ऑनलाइन ऑफलाइन दोनों कोर्सिज दे रहे हैं पेल साढ़े रिकॉर्ड कोर्सिज होंस सिंस लास्ट ईयर दिवाली वी आर ऑन द मोबाइल ऐप एंड प्लेटफॉर्म सो ऐसा कोई इशू नहीं है टीम जी प्रॉपर ट्रेनड है एंड एंड थर्ड पॉइंट इस डाउट सैशन डाउट सैशन मैंने पहला भी थोड़ा तो दस कि डाउट सैशन ज बहुत इंपॉर्टेंट हूँ ने ਇਨ O2 IS ਅਕੈਡਮੀ ਸਕੂਲਸ ਡਾਊਟ ਸੈਸ਼ਨ ਡਾਊਟ ਰੈਡਰੈਸਲ ਮੈਕੈਨਿਜ਼ਮ ਮਲਟੀਪਲ ਵੇਸ ਦੇ ਵਿੱਚ ਕੀਤਾ ਜਾਂਦਾ ਫਰਸਟਲੀ ਕਲਾਸ ਇੰਟਰੈਕਟਿਵ ਹੈ ਤਾਂ ਤੁਸੀਂ ਡਾਇਰੈਕਟਲੀ ਟੀਚਰ ਨੂੰ ਪੁੱਛ ਸਕਦੇ ਹੋ ਜਿਹੜਾ ਵੀ ਟਾਪਿਕ ਰਿਲੇਟਡ ਡਾਊਟ ਹੈ ਟੀਚਰ ਕਦੇ ਵੀ ਕਲਾਸ ਛੱਡ ਕੇ ਨਹੀਂ ਜਾਏਗਾ ਜਦੋਂ ਤੱਕ ਪੂਰੇ ਡਾਊਟਸ ਕਲੀਅਰ ਨਹੀਂ ਹੋ ਜਾਂਦੇ ਫਰਸਟ ਪੁਆਇੰਟ ਇਸ ਕਲੀਅਰ ਸੈਕੰਡਲੀ ਡੈਡੀਕੇਟਿਡ ਮੈਂਟਰ ਹੈ ਤਾਂ ਤੁਸੀਂ ਆਪਣੇ ਮੈਂਟਰ ਨੂੰ WhatsApp ਐਸ ਵੈਲ ਐਸ ਕਾਲ ਵੀ ਕਰ ਸਕਦੇ ਹੋ ਵੈਨੇਵਰ ਯੂ ਫੀਲ ਲਾਈਕ ਕਿ ਮੇਰਾ ਕੋਈ ਐਸਾ ਡਾਊਟ ਹੈ ਜਿਹੜਾ ਕਲਾਸ ਤੋਂ ਐਕਸਟਰਾ ਮੈਂ ਪੁੱਛਣਾ ਹੈਗਾ ਥਰਡ ਥਿੰਗ ਇਹ ਦੋਨਾਂ ਤੋਂ ਬਾਅਦ ਵੀ ਇੱਕ ਆਲਟਰਨੇਟਿਵ ਮੈਥਡ ਹੈ ਕਿ ਇੱਕ ਇੱਕ ਡਿਸਕਸ਼ਨ ਫੋਰਮ ਅਸੀਂ ਕ੍ਰੀਏਟ ਕਰਦੇ ਹਾਂ ਸਾਡੀ ਮੋਬਾਈਲ ਐਪਲੀਕੇਸ਼ਨ ਦੇ ਵਿੱਚ ਉਹ ਡਿਸਕਸ਼ਨ ਫਾਰਮ ਦੇ ਵਿੱਚ ਸਟੂਡੈਂਟਸ ਆਪਣੇ ਡਾਊਟ ਪੁੱਛਦੇ ਨੇ ਐਂਡ ਐਟ ਲੀਸਟ 10 ਟੀਚਰਸ ਆਰ देयर ਜਿਹੜੇ ਉਹਨਾਂ ਦੇ ਡਾਊਟਸ ਨੂੰ ਰਿਡਰੈਸ ਕਰਦੇ ਨੇ ਪਲੱਸ ਅਦਰ ਸਟੂਡੈਂਟਸ ਵੀ ਉਹਨੂੰ ਹੈਲਪ ਕਰਦੇ ਨੇ ਦਾ ਡਿਸਕਸ਼ਨ ਫੋਰਮਸ ਦਾ ਜਿਹੜਾ ਫੰਡ ਹੈ ਥੈਟ ਇਜ਼ ਅ ਯੂਨੀਕ ਇਨ ਇਟਸੈਲਫ ਫੋਰ ਕੋਈ ਹੋਰ ਯੂਜ਼ ਨਹੀਂ ਕਰ ਰਿਹਾ ਸੋ ਆਲ ਰਾਈਟ ਗਾਇਜ਼ ਇਹ ਇਹ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਲੋਕਾਂ ਨਾਲੋਂ ਡਿਫਰੈਂਟ ਕਰਦੀਆਂ ਨੇ ਹੁਣ ਐਟ ਐਟ ਲਾਸਟ ਮੈਂ ਇੱਕ ਗੱਲ ਕਲੀਅਰ ਕਰਨੀ ਚਾਹਣਾ ਕਿ ਅਸੀਂ ਜੋ ਟੀਚਿੰਗ ਹੈ ਜੋ ਐਕਚੁਅਲੀ ਕੰਟੈਂਟ ਹੈ ਕੰਟੈਂਟ ਅਸੀਂ ਹੀ ਪੜਾਉਣਾ ਜੋ ਵਾਕਈ ਸਿਲੇਬਸ ਦੇ ਵਿੱਚ ਹੈ ਜੋ ਪੀਸੀਐਸ ਲਈ ਰੈਲੇਵੈਂਟ ਹੈ ਮੈਂ ਐਸਾ ਨਹੀਂ ਹੈ ਕਿ ਅਗਰ ਸਾਡੀ ਮੈਥਡੋਲੋਜੀ ਅਲੱਗ ਹੈ ਤਾਂ ਅਸੀਂ ਤੁਹਾਨੂੰ ਕੁਝ ਯੂਨੀਕ ਪੜਾਵਾਗੇ ਆਈ ਹੈਵ ਸੀਨ ਸਮ ਪੀਪਲ ਜੋ ਕਹਿ ਰਹੇ ਨੇ ਕਿ ਅਸੀਂ ਲੋਕਾਂ ਨੂੰ ਅਡ ਪੜਾਵਾਂਗੇ ਅਡ ਨਹੀਂ ਪੜਾਇਆ ਜਾ ਸਕਦਾ ਦੇਅਰ ਫੂਲਿੰਗ ਅਸ ਸਿਰਫ ਅਸੀਂ ਸਿਲੇਬਸ ਦੇ ਅਕੋਰਡਿੰਗਲੀ ਜੋ ਰੈਲੇਵੈਂਟ ਚੀਜ਼ਾਂ ਹੈ ਉਹ ਤੁਹਾਨੂੰ ਟੀਚ ਕਰਾਂਗੇ ਬਟ ਦ ਵੇ ਵੀ ਆਰ ਟੀਚਿੰਗ ਦੈਟ ਇਜ਼ ਕੁਇਟ ਡਿਫਰੈਂਟ ਫਰੋਮ ਅਦਰ ਸੋ ਐਟਲੀਸਟ ਤੁਹਾਨੂੰ ਇੱਕ ਡੈਮੋ ਲਗਾ ਕੇ ਉਸ ਦੀ ਹੋਰ ਜ਼ਿਆਦਾ ਕਲੈਰਟੀ ਆ ਜਾਏਗੀ ਐਟ ਲਾਸਟ ਇਫ ਯੂ ਆਰ ਇੰਟਰਸਟਿਡ ਇਨਫ ਤੋ ਅ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤੋ ਸਾਡਾ ਕੋਰਸ ਐਂਡਰੋਇਡ ਮੋਬਾਈਲ ਐਪਲੀਕੇਸ਼ਨ ਵਿਦ ਦੀ ਨੇਮ ਆਫ O2IS ਅਕੈਡਮੀ ਅਗਰ ਤੁਸੀਂ ਆਈਫੋਨ ਤੇ ਐਕਸੈਸ ਕਰਨਾ ਚਾਹੁੰਦੇ ਹੋ ਤੋ ਮਾਈ ਇੰਸਟੀਟਿਊਟ ਨਾਮ ਦੀ ਐਪ ਤੁਹਾਨੂੰ ਡਾਊਨਲੋਡ ਕਰਨੀ ਪੈਗੀ ਉਹਦੇ ਵਿੱਚ ਇੱਕ ਐਕਸਟਰਾ ਸਟੈਪ ਹੈ ਕੀ ਜਦੋਂ ਤੁਸੀਂ ਐਪ ਡਾਊਨਲੋਡ ਕਰੋਗੇ ਤਾਂ देयर इज एन ऑप्शन देयर इज एन ऑप्शन ਕਿ ਤੁਸੀਂ ਐਪ ਡਾਊਨਲੋਡ ਕਰਨ ਤੋਂ ਬਾਅਦ ਲੌਗਇਨ ਕਰਨ ਤੋਂ ਪਹਿਲਾਂ ਆਰਗੇਨਾਈਜੇਸ਼ਨ ਕੋਡ ਫਿਲ ਕਰਨਾ ਹੈ which is OIS then ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਲੌਗਇਨ ਕਰ ਸਕਦੇ ਹੋ ਥਰਡ ਥਿੰਗ ਇਸ ਅਗਰ ਤੁਸੀਂ ਲੈਪਟਾਪ ਜਾਂ ਪੀਸੀ ਤੋਂ ਐਕਸੈਸ ਕਰਨਾ ਚਾਹੁੰਦੇ ਹੋ that is app.o2isacademy.in ਇਹਨੂੰ ਵਿਜ਼ਿਟ ਕਰੋਗੇ ਤਾਂ ਸਾਡਾ ਜਿਹੜਾ ਆਨਲਾਈਨ ਲਰਨਿੰਗ ਪਲੈਟਫਾਰਮ ਆ ਅਵੇਲੇਬਲ ਹੋ ਜਾਏਗਾ ਤੁਹਾਡੇ ਸਾਹਮਣੇ ਐਂਡ ਕੋਰਸਸ ਟੈਬ ਤੇ ਕਲਿੱਕ ਕਰਨਾ ਉੱਪਰ ਟਾਪ ਮੂਸਤ ਨੂੰ ਦਿਖ ਰਿਹਾ ਹੈ ਮੋਬਾਈਲ ਐਪ ਤੇ ਵੀ ਕੋਰਸ ਟੈਬ ਆਏਗਾ ਕੋਰਸ ਤੇ ਕਲਿੱਕ ਕਰਨਾ ਫੀਚਰਡ ਕੋਰਸ ਦੇ ਵਿੱਚ ਦੋ ਕੋਰਸਸ ਨੇ ਪੀਸੀਐਸ ਫਾਊਂਡੇਸ਼ਨ ਐਂਡ ਪੀਸੀਐਸ ਪ੍ਰੀਲੈਂਸ ਕ੍ਰੈਸ਼ ਕੋਰਸ ਦੋਨਾਂ ਦੇ ਰਿਸਪੈਕਟਿਵ ਤੁਹਾਨੂੰ ਸ਼ਡਿਊਲ ਮਿਲਣਗੇ ਰਾਈਟ ਨਾਓ ਪੀਸੀਐਸ ਕ੍ਰੈਸ਼ ਕੋਰਸ ਤੇ ਅਸੀਂ ਗੱਲ ਕਰ ਰਹੇ ਹਾਂ ਤਾਂ ਇਹਨੂੰ ਕ੍ਰੈਸ਼ ਕੋਰਸ ਤੇ ਕਲਿੱਕ ਕਰਕੇ ਤੁਸੀਂ ਪੇ ਨਾਓ राइट नाउ अगर विदिन टैन डेज आई गैस ट्वेंटी जून तक अगर कर दीस जी नाइनटीन थाउजेंड फाइव हंडर्ड ही रहनी है उस तो बाद जी फीस है वह एग्जैक्ट फीस विच इज़ अराउंड फोर्टी थाउजेंड तक इनक्रीज हो जाएगी सो ये अरली बर्थ डिस्काउंट जरा दस दिन लवेलेबल है सो आई होप कि थोड़े सारे डाउट्स जोड़े ने क्लीयर कर दते हो इस भी ने अगर फिर भी कोई डाउट है तो कमेंट बॉक्स के मैं दस सकते हो या सापलाइन नंबर पर कॉल कर सकते हो थैंक यू फॉर वॉचिंग दिस भीडियो